नमस्कार आदाब श्र श्रका आप सभी दर्शकों को राधा स्वामी जिसके मन में भाव सच्चा होता है उनका हर काम अच्छा होता है देखिए आज का यह वीडियो बब्बू जी आपा डेली लाइफ च जिमे भी डेली एक्टिविटीज करते हैं पर शाम नु एक गिला रहनदा भी साडा वजूद किया की औरे ते सच जेड़ा है ओदा एहसास किवें हमेशा साडे दिमाग च रहे ਬੇਟਾ ਦਾਇਰੇ ਦੀ ਗੱਲ ਹੈ ਜਿੰਨਾ ਚਿਰ ਦਾਇਰਾ ਛੋਟਾ ਹੈ ਇਨਸਾਨ ਆਪਣਾ ਵਜੂਦ ਬਣਾਉਣ ਵਿੱਚ ਲੱਗਿਆ ਹੋਇਆ ਮਗਰ ਜਦੋਂ ਸੱਚ ਦਾ ਅਹਿਸਾਸ ਹੁੰਦਾ ਹੈ ਇੱਕ ਛੋਟੇ ਜਿਹੇ ਤਣਕੇ ਦਾ ਕੀ ਵਜੂਦ ਹੈ ਬੇਟਾ ਇੱਕ ਬੂੰਦ ਦਾ ਸਮੁੰਦਰ ਦੇ ਅੱਗੇ ਕੀ ਵਜੂਦ ਹੈ ਸੋ ਹੁਣ ਠੀਕ ਹੈਗਾ ਹੁਣ ਛੋਟਾ ਜਿਹਾ ਪਰਿਵਾਰ ਹੈ ਉਹਦੇ ਵਿੱਚ ਹਰੇਕ ਦਾ ਇੱਕ ਵਜੂਦ ਹੋਊਗਾ ਮਗਰ ਦਾਇਰਾ ਵੱਡਾ ਕਰੋ ਆਪਣੇ ਸ਼ਹਿਰ ਤੱਕ ਲੈ ਜਾਓ ਉਹ ਉਹ ਜੇ ਕਈ ਪਰਿਵਾਰ ਹੋਣਗੇ ਸੂਬੇ ਤੱਕ ਲੈ ਜਾਓ ਹੋਰ ਵੀ ਜ਼ਿਆਦਾ ਪਰਿਵਾਰ ਹੋਣਗੇ ਸੋ ਜਿਵੇਂ ਜਿਵੇਂ ਦਾਇਰਾ ਖੁੱਲਦਾ ਹੈ ਨਾ ਔਰ ਇਹ ਖੁੱਲੂਗਾ ਸਿਰਫ ਅਕਲ ਦੇ ਨਾਲ ਨਹੀਂ ਇਹ ਭਜਨ ਬੰਦਗੀ ਦੇ ਨਾਲ ਤਾਂ ਸੋਚੀ ਆਂਦੀ ਹੈ ਕਿ ਆਪਾਂ ਤਾਂ ਕੁਝ ਵੀ ਨਹੀਂ ਸਾਡੇ ਤੋਂ ਪਹਿਲਾਂ ਵੀ ਦੁਨੀਆ ਚੱਲਦੀ ਸੀ ਬਾਅਦ ਵਿੱਚ ਵੀ ਚੱਲੂਗੀ ਆਪਾਂ ਨੂੰ ਇੱਕ ਮਕਸਦ ਵਾਸਤੇ ਭੇਜਿਆ ਗਿਆ ਹੈਗਾ ਅਸੀਂ ਸੋਚਦੇ ਹਾਂ ਕਿ ਨਾ ਪਰਿਵਾਰ ਸਾਡੇ ਤੋਂ ਬਿਨਾਂ ਚੱਲ ਸਕਦਾ ਹੈ ਨਾ ਕੰਮ ਕਾਜ ਸਾਡੇ ਤੋਂ ਬਿਨਾਂ ਚੱਲ ਸਕਦਾ ਹੈ ਬੇਟਾ ਵੱਡੇ ਵੱਡੇ ਆਏ ਉਹ ਵੀ ਚਲੇ ਗਏ ਸੋ ਆਪਣਾ ਕੀ ਵजूद ਹੈ ਅਗਰ ਆਪ ਹਮਾਰੇ ਚੈਨਲ ਪਰ ਨਵੇਂ ਹੈ ਤਾਂ ਚੈਨਲ ਕੋ ਸਬਸਕ੍ਰਾਈਬ ਕਰਨੇ ਕੇ ਸਾਥ-ਸاتھ ਬੈਲ ਆਈਕਨ ਜ਼ਰੂਰ ਦਬਾਈ